ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਾ ਰਹੇ ਹਾਂ ਨੈਨੀਤਾਲ, ਤੇ ਇਹ ਜਿਹੜਾ ਆਪਾਂ ਪੁਲ ਦੇਖ ਰਹੇ ਹਾਂ, ਬ੍ਰਿਜ ਵੇਖ ਰਹੇ ਹਾਂ, ਤੇ ਕਾਰ ਵੀ ਫਾਸਟ ਹੀ ਆ, ਤੇ ਤੁਸੀਂ ਇਹ ਦੇਖ ਰਹੇ ਹੋ ਵੀ ਇਹ ਮੈਂ ਵੀਡੀਓ ਫਾਸਟ ਕੀਤੀ, ਬਹੁਤ ਹੀ ਵੱਡਾ ਪੁਲ ਹੈਗਾ, ਇਹ ਗੰਗਾ ਰਿਵਰ ਦੇ ਉੱਪਰ ਬਣਿਆ ਹੋਇਆ ਹੈਗਾ। ਵੀਡੀਓ ਫਾਸਟ ਕਰਨ ਦੇ ਬਾਵਜੂਦ ਵੀ ਬਹੁਤ ਲੰਬਾ ਪੁਲ ਹੈਗਾ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਨੈਨੀਤਾਲ। ਇਹ ਨੈਨੀਤਾਲ ਲੇਕ ਦੇ ਬਾਹਰੀ ਦ੍ਰਿਸ਼ ਹੈਗਾ। ਨੈਨੀਤਾਲ ਲੇਕ ਦੇ ਆਪਾਂ ਪਹਿਲਾਂ ਥੋੜ੍ਹਾ ਜਿਹਾ ਬਾਰ ਬਾਰ ਰਾਊਂਡ ਕਰਦੇ ਹਾਂਗੇ। ਇਹ ਮਸਜਿਦ ਬਣੀ ਵੀ ਆਈ ਸਾਹਮਣੇ, ਤੇ ਆਪਾਂ ਇਹਦੇ ਗੇੜਾ ਕੱਢਦੇ ਕੱਢਦੇ ਬਾਅਦ 'ਚੋਂ ਆਪਾਂ ਫਿਰ ਲੇਕ ਦੇ ਨਜ਼ਾਰੇ ਲਵਾਂਗੇ। ਗੁਰਦੁਆਰਾ ਸਾਹਿਬ ਆ ਗਿਆ ਜੀ, ਸਿੰਘ ਸਭਾ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ। ਵਾਹਿਗੁਰੂ ਜੀ। ਬਹੁਤ ਫਿਸ਼ ਆ, ਬਹੁਤ ਲੋਕ ਸਿੱਟਦੇ ਇਹਦੇ ਵਿੱਚ ਨਾ, ਫਿਸ਼ ਬਹੁਤ ਆਈਆਂ ਲੇਕ ਦੇ ਵਿੱਚ। ਤੇ ਆਹ ਜਗ੍ਹਾ ਜਿਹੜੀ ਬਣੀ, ਇੱਥੇ ਤਾਂ ਸਮੈਲ ਬਹੁਤ ਆਉਂਦੀ ਆ ਜੀ। ਇੱਥੋਂ ਜਿਹੜੀਆਂ ਬੋਟਸ ਤੁਸੀਂ ਦੇਖ ਰਹੇ ਸੀ, ਇੱਥੋਂ ਇਹ ਰਾਈਡ ਸ਼ੁਰੂ ਕਰਵਾਉਂਦੇ ਆ। ਚਲੋ ਜੇ ਆਪਾਂ ਥੋੜ੍ਹੀ ਲੇਕ ਦੀ ਗੱਲ ਕਰਦੇ ਹਾਂ ਤਾਂ ਲੇਕ ਦੀ ਲੰਬਾਈ ਜਿਹੜੀ ਆ ਕੋਈ 1.5 ਕਿਲੋਮੀਟਰ ਦੀ ਆਈ, 1500 ਮੀਟਰ, ਤੇ ਚੜ੍ਹਾਈ ਹੈਗੀ ਇਹਦੀ ਕੋਈ 1.5 ਕਿਲੋਮੀਟਰ ਦੀ। ਜੀ ਸਾਰਿਆਂ ਨੂੰ, ਟਰੈਵਲਰ ਕਿਕਸ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਰਨ ਜਾ ਰਹੇ ਹਾਂ ਨੈਨੀਤਾਲ ਦੇ ਵਿੱਚ ਬੋਟਿੰਗ। ਨੈਨ ਲੇਕ ਆ ਨੀ, ਕਿਹੜੀ ਲੇਕ ਆ ਇਹ? ਨੈਨੀ ਲੇਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਵਿਊ ਆ ਰਹੇ ਨੇ ਇਹਦੇ ਵਿੱਚ, ਜਿਵੇਂ ਕਿ ਤੁਹਾਨੂੰ ਅਗਲਾ ਵਿਊ ਆ ਜਿਹੜਾ ਮੈਂ ਦਿਖਾਊਂਗਾ, ਜਤਿੰਦਰ ਉਹਨਾਂ ਨੂੰ, ਅਰਸ਼ ਉਹਨਾਂ ਨੂੰ ਅਲੱਗ ਤੋਂ ਪਾਇਆ ਪਿਆ ਹੈਗਾ, ਮੈਂ ਫਿਰ ਇਕੱਲਾ ਰਹਿ ਗਿਆ ਸੀ, ਮੈਨੂੰ ਅਲੱਗ ਤੋਂ ਪਾਤਾ। ਚਲੋ ਕੋਈ ਨੀ। ਕਿਵੇਂ ਕਾਕਾ ਅਰਸ਼ ਬਰਾੜ, ਮੈਨੂੰ ਇਕੱਲੇ ਨੂੰ ਪਾਤਾ ਤੁਸੀਂ? ਕਿਆ ਬਾਤ ਆ, ਇਹਦਾ ਲੇਕ ਦਾ ਨਾਮ ਕੀ ਆ? ਨੈਨੀ ਲੇਕ। ਇਹ ਹੈਗੀ ਨੈਨੀ ਲੇਕ। ਹਾਂਜੀ, ਕੁਛ ਕਹਿਣਾ ਚਾਹੁੰਦੇ ਹੋ? ਅੱਛਾ, ਤੇ ਬੱਦਲ ਬੱਦਲ ਵੀ ਆ ਗਏ ਜ਼ਮੀਨ ਤੇ ਕਿ ਨਹੀਂ? ਹਾਂਜੀ ਹਾਂ, ਜਤਿੰਦਰ ਕੋ ਕਹਿਣਾ ਚਾਹੁੰਦਾ? ਵੋਟ ਡੋਲ ਲੈ ਜਾਵੇ। ਇੱਥੇ ਆਪਾਂ ਇੱਕ ਚੀਜ਼ ਹੋਰ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਇਹ ਸਾਹਮਣੇ ਮੰਦਰ ਹੈ ਜਿਹੜਾ ਆਪਣਾ ਦਿਸ ਰਿਹਾ ਹੈਗਾ, ਇਹ ਬਿਲਕੁਲ ਕਿਨਾਰੇ 'ਤੇ ਰਹਿ ਜਾਂਦਾ ਲੇਕ ਦੇ। ਲੇਕ ਦੇ ਵਿੱਚ ਸ਼ਾਂਤੀ ਇੰਨੀ ਹੈ ਨਾ, ਤੁਸੀਂ ਨਾਲ ਦੀਆਂ ਬੋਟਸ ਜਿਹੜੀਆਂ ਆਪਣੇ ਨਾਲ ਘੁੰਮ ਰਹੀਆਂ ਨੇ, ਉਹਨਾਂ ਦੇ ਉੱਤੇ ਜਿਹੜੇ ਬੈਠੇ ਟੂਰਿਸਟ ਹੈਗੇ ਜਿਹੜੇ ਆਨੰਦ ਲੈ ਰਹੇ ਆ ਲੇਕ ਦਾ, ਉਹਨਾਂ ਦੀਆਂ ਗੱਲਾਂ ਆਮ ਹੀ ਸੁਣਾਈ ਦਿੰਦੀਆਂ, ਬਿਲਕੁਲ ਨੇੜੇ ਨੇੜੇ ਫਿਰਦੇ ਹੈਗੇ। ਤੁਹਾਨੂੰ ਸ਼ਾਇਦ ਥੋੜ੍ਹੀ ਵੀਡੀਓ ਦੇ ਵਿੱਚ ਤੁਹਾਨੂੰ ਦੂਰ ਲੱਗ ਰਿਹਾ ਹੋਊ, ਇਹ ਬਿਲਕੁਲ ਜਿਵੇਂ ਨਾਲ ਦੀ ਬੋਟ ਲੰਘੀ, ਇਹਨਾਂ ਦੇ ਪੂਰੀ ਸ਼ਾਂਤੀ ਦੇ ਵਿੱਚ ਉਵੇਂ ਗੱਲਾਂ ਸੁਣਦੀਆਂ, ਆਵਾਜ਼ ਪ੍ਰੋਪਰ ਸੁਣਾਈ ਦਿੰਦੀ ਹੈਗੀ। ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ, ਬੋਟਿੰਗ ਦਾ ਆਨੰਦ ਬਹੁਤ ਲੈ ਲਿਆ, ਬਹੁਤ ਇੰਜੋਏ ਕਰ ਲਿਆ। ਆਪਾਂ ਜਲਦੀ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਨਾਲ, ਉਦੋਂ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।